ਇੱਕ ਦੋਸਤ ਆਪਣੇ ਵਿਦੇਸ਼ੀ ਦੋਸਤ ਦੇ ਨਾਲ ਜੰਮੂ ਦੇ ਵੱਲ ਨਿਕਲਿਆ ਸੀ, ਪਰ ਰਸਤੇ ਦੇ ਵਿੱਚ ਉਹਨਾਂ ਨਾਲ ਭਿਆਨਕ ਹਾਦਸਾ ਵਾਪਰ ਗਿਆ ਜਦੋਂ ਗੱਡੀ ਨੂੰ ਭਿਆਨਕ ਅੱਗ ਲੱਗ ਗਈ ਅਤੇ ਗੱਡੀ ਦੇਖਦੇ ਦੇਖਦੇ ਅੱਗ ਦਾ ਗੋਲਾ ਬਣ ਗਈ। ਸੁਨੀਲ ਨਾਮਕ ਇੱਕ ਵਿਅਕਤੀ ਇੰਗਲੈਂਡ ਤੋਂ ਆਪਣੇ ਵਿਦੇਸ਼ੀ ਦੋਸਤ ਦੇ ਨਾਲ ਜੰਮੂ ਦੇ ਵੱਲ ਨਿਕਲਿਆ ਸੀ ਤੇ ਸੁਨੀਲ ਨੇ ਦਿੱਲੀ ਏਅਰਪੋਰਟ ਤੋਂ ਹੀ ਕਿਰਾਏ ਤੇ ਸਕੋਰਪੀਓ ਕਾਰ ਲਈ ਸੀ, ਪਰ ਰਸਤੇ ਦੇ ਵਿੱਚ ਸਕੋਰਪੀਓ ਨੂੰ ਅਚਾਨਕ ਅੱਗ ਲੱਗ ਗਈ ਤੇ ਗੱਡੀ ਅੱਗ ਦਾ ਗੋਲਾ ਬਣ ਗਈ ਅਤੇ ਅੱਗ ਲੱਗਦੇ ਹੀ ਸੁਨੀਲ ਅਤੇ ਉਸਦਾ ਵਿਦੇਸ਼ੀ ਦੋਸਤ ਸਮਾਂ ਰਹਿੰਦੇ ਗੱਡੀ ਚੋਂ ਬਾਹਰ ਨਿਕਲੇ ਤੇ ਆਪਣੇ ਸਮਾਨ ਨੂੰ ਵੀ ਬਾਹਰ ਕੱਢਿਆ, ਜਿਸ ਤੋਂ ਬਾਅਦ ਘਟਨਾ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਮੌਕੇ ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਪਹੁੰਚੇ ਅਤੇ ਅੱਗ ਤੇ ਕਾਬੂ ਪਾਇਆ। ਹਾਲਾਂਕਿ ਗਨੀਮਤ ਇਹ ਰਹੀ ਕਿ ਦੋਵਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਹ ਘਟਨਾ ਸੋਨੀਪਤ ਤੋਂ ਗੁਜ਼ਰਨ ਵਾਲੇ ਨੈਸ਼ਨਲ ਹਾਈਵੇ 44 ਤੇ ਵਾਪਰੀ, ਜਦੋਂ ਅਣਪਛਾਤੇ ਕਾਰਨਾਂ ਦੇ ਚੱਲਦੇ ਸਕੋਰਪੀਓ ਗੱਡੀ ਦੇ ਵਿੱਚ ਅਚਾਨਕ ਅੱਗ ਲੱਗ ਗਈ। ਸੁਨੀਲ ਨੇ ਇਹ ਗੱਡੀ ਦਿੱਲੀ ਏਅਰਪੋਰਟ ਤੋਂ ਹੀ ਕਿਰਾਏ ਤੇ ਲਈ ਸੀ, ਜਿਸ ਨੂੰ ਭਿਆਨਕ ਅੱਗ ਲੱਗ ਗਈ। ਇਹ ਦੋਵੇਂ ਦੋਸਤ ਜੰਮੂ ਵੱਲ ਨਿਕਲੇ ਸਨ ਘੁੰਮਣ ਦੇ ਲਈ, ਪਰ ਰਸਤੇ ਦੇ ਵਿੱਚ ਹੀ ਇਹ ਭਿਆਨਕ ਹਾਦਸਾ ਵਾਪਰਿਆ। ਗਨੀਮਤ ਇਹ ਰਹੀ ਕਿ ਦੋਵੇਂ ਦੋਸਤਾਂ ਦੀ ਜਾਨ ਬਚ ਗਈ। ਹਮ ਅਭੀ ਏਅਰਪੋਰਟ ਸੇ ਆਏ ਥੇ ਔਰ ਵੀ ਵਰ ਗੋਇੰਗ ਟੂ ਜੰਮੂ। ਸੋ ਵੀ ਰੈਂਟਿਡ ਅ ਕਾਰ ਫਰੋਮ ਦੁਆਰਕਾ ਦਿਸ ਮੋਰਨਿੰਗ ਐਂਡ ਆਈ ਥਿੰਕ ਵੀ ਜਸਟ ਡਰੋਵ ਫਾਰ ਮੇ ਬੀ 30 ਮਿਨਟਸ ਐਂਡ ਸਡਨਲੀ ਵੀ ਹਰਡ ਅ ਨੋਇਸ ਫਰੋਮ ਦਾ ਕਾਰ। ਸੋ ਵੀ ਕੇਮ ਆਊਟ ਐਂਡ ਵੀ ਸਾਅ ਦੈਟ ਸਮ ਸਮੈਲ ਵਾਸ ਕਮਿੰਗ ਐਜ਼ ਵੈਲ ਐਜ਼ ਇਟ ਸਟਾਰਟਡ ਫਾਇਰਿੰਗ। ਸੋ ਵੀ ਟੁੱਕ ਅਵਰ ਮਟੀਰੀਅਲ ਆਊਟ ਅਵਰ ਲਗੇਜ ਆਊਟ ਐਜ਼ ਸੂਨ ਐਜ਼ ਪੋਸੀਬਲ ਐਂਡ ਸਰ ਆਪਕੇ ਸਾਥ ਕੋਈ ਫੋਰਨਰ ਵੀ ਥੇ ਕਿਆ? ਮਿਸਟਰ ਡੈਰਕ ਹੀ ਇਜ਼ ਫਰੋਮ ਯੂਕੇ। ਕਿਆ ਕਰਦੇ ਆ ਜੀ ਆਪ? ਹੀ ਇਜ਼ ਮਾਈ ਫਰੈਂਡ। He is my friend and we came here for a short trip. Aap bhi UK hi rehte ho? Nahi nahi, main UK ka hu. I am from India. ਇੱਕ ਦੋਸਤ ਆਪਣੇ ਵਿਦੇਸ਼ੀ ਦੋਸਤ ਦੇ ਨਾਲ ਜੰਮੂ ਦੇ ਵੱਲ ਨਿਕਲਿਆ ਸੀ, ਪਰ ਰਸਤੇ ਦੇ ਵਿੱਚ ਉਹਨਾਂ ਨਾਲ ਭਿਆਨਕ ਹਾਦਸਾ ਵਾਪਰ ਗਿਆ ਜਦੋਂ ਗੱਡੀ ਨੂੰ ਭਿਆਨਕ ਅੱਗ ਲੱਗ ਗਈ ਅਤੇ ਗੱਡੀ ਦੇਖਦੇ ਦੇਖਦੇ ਅੱਗ ਦਾ ਗੋਲਾ ਬਣ ਗਈ। ਸੁਨੀਲ ਨਾਮਕ ਇੱਕ ਵਿਅਕਤੀ ਇੰਗਲੈਂਡ ਤੋਂ ਆਪਣੇ ਵਿਦੇਸ਼ੀ ਦੋਸਤ ਦੇ ਨਾਲ ਜੰਮੂ ਦੇ ਵੱਲ ਨਿਕਲਿਆ ਸੀ ਤੇ ਸੁਨੀਲ ਨੇ ਦਿੱਲੀ ਏਅਰਪੋਰਟ ਤੋਂ ਹੀ ਕਿਰਾਏ ਤੇ ਸਕੋਰਪੀਓ ਕਾਰ ਲਈ ਸੀ, ਪਰ ਰਸਤੇ ਦੇ ਵਿੱਚ ਸਕੋਰਪੀਓ ਨੂੰ ਅਚਾਨਕ ਅੱਗ ਲੱਗ ਗਈ ਤੇ ਗੱਡੀ ਅੱਗ ਦਾ ਗੋਲਾ ਬਣ ਗਈ ਅਤੇ ਅੱਗ ਲੱਗਦੇ ਹੀ ਸੁਨੀਲ ਅਤੇ ਉਸਦਾ ਵਿਦੇਸ਼ੀ ਦੋਸਤ ਸਮਾਂ ਰਹਿੰਦੇ ਗੱਡੀ ਚੋਂ ਬਾਹਰ ਨਿਕਲੇ ਤੇ ਆਪਣੇ ਸਮਾਨ ਨੂੰ ਵੀ ਬਾਹਰ ਕੱਢਿਆ, ਜਿਸ ਤੋਂ ਬਾਅਦ ਘਟਨਾ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਮੌਕੇ ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਪਹੁੰਚੇ ਅਤੇ ਅੱਗ ਤੇ ਕਾਬੂ ਪਾਇਆ। ਹਾਲਾਂਕਿ ਗਨੀਮਤ ਇਹ ਰਹੀ ਕਿ ਦੋਵਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਹ ਘਟਨਾ ਸੋਨੀਪਤ ਤੋਂ ਗੁਜ਼ਰਨ ਵਾਲੇ ਨੈਸ਼ਨਲ ਹਾਈਵੇ 44 ਤੇ ਵਾਪਰੀ, ਜਦੋਂ ਅਣਪਛਾਤੇ ਕਾਰਨਾਂ ਦੇ ਚੱਲਦੇ ਸਕੋਰਪੀਓ ਗੱਡੀ ਦੇ ਵਿੱਚ ਅਚਾਨਕ ਅੱਗ ਲੱਗ ਗਈ। ਸੁਨੀਲ ਨੇ ਇਹ ਗੱਡੀ ਦਿੱਲੀ ਏਅਰਪੋਰਟ ਤੋਂ ਹੀ ਕਿਰਾਏ ਤੇ ਲਈ ਸੀ, ਜਿਸ ਨੂੰ ਭਿਆਨਕ ਅੱਗ ਲੱਗ ਗਈ। ਇਹ ਦੋਵੇਂ ਦੋਸਤ ਜੰਮੂ ਵੱਲ ਨਿਕਲੇ ਸਨ ਘੁੰਮਣ ਦੇ ਲਈ, ਪਰ ਰਸਤੇ ਦੇ ਵਿੱਚ ਹੀ ਇਹ ਭਿਆਨਕ ਹਾਦਸਾ ਵਾਪਰਿਆ। ਗਨੀਮਤ ਇਹ ਰਹੀ ਕਿ ਦੋਵੇਂ ਦੋਸਤਾਂ ਦੀ ਜਾਨ ਬਚ ਗਈ। ਹਮ ਅਭੀ ਏਅਰਪੋਰਟ ਸੇ ਆਏ ਥੇ ਔਰ ਵੀ ਵਰ ਗੋਇੰਗ ਟੂ ਜੰਮੂ। ਸੋ ਵੀ ਰੈਂਟਿਡ ਅ ਕਾਰ ਫਰੋਮ ਦੁਆਰਕਾ ਦਿਸ ਮੋਰਨਿੰਗ ਐਂਡ ਆਈ ਥਿੰਕ ਵੀ ਜਸਟ ਡਰੋਵ ਫਾਰ ਮੇ ਬੀ 30 ਮਿਨਟਸ ਐਂਡ ਸਡਨਲੀ ਵੀ ਹਰਡ ਅ ਨੋਇਸ ਫਰੋਮ ਦਾ ਕਾਰ। ਸੋ ਵੀ ਕੇਮ ਆਊਟ ਐਂਡ ਵੀ ਸਾਅ ਦੈਟ ਸਮ ਸਮੈਲ ਵਾਸ ਕਮਿੰਗ ਐਜ਼ ਵੈਲ ਐਜ਼ ਇਟ ਸਟਾਰਟਡ ਫਾਇਰਿੰਗ। ਸੋ ਵੀ ਟੁੱਕ ਅਵਰ ਮਟੀਰੀਅਲ ਆਊਟ ਅਵਰ ਲਗੇਜ ਆਊਟ ਐਜ਼ ਸੂਨ ਐਜ਼ ਪੋਸੀਬਲ ਐਂਡ ਸਰ ਆਪਕੇ ਸਾਥ ਕੋਈ ਫੋਰਨਰ ਵੀ ਥੇ ਕਿਆ? ਮਿਸਟਰ ਡੈਰਕ ਕਹਾਂ ਕੇ ਰਹਿਣੇ ਵਾਲੇ ਹੈ? ਹੀ ਇਜ਼ ਫਰੋਮ ਯੂਕੇ। ਕਿਆ ਕਰਦੇ ਆ ਜੀ ਆਪ? ਹੀ ਇਜ਼ ਮਾਈ ਫਰੈਂਡ। He is my friend and we came here for a short trip. Aap bhi UK hi rehte ho? Nahi nahi, main UK ka hu. I am from India.